We are very pleased to be able to welcome to our new students of BA first semester. ਤੇ ਜਦੋਂ ਤੁਸੀਂ ਅਧਿਆਪਕ ਬਣੋਗੇ ਭਵਿੱਖ 'ਚ ਸੋ ਇੱਦਾਂ ਦੇ ਬਹੁਤ ਸਾਰੇ ਤਿੱਥ ਤਿਉਹਾਰ ਬਹੁਤ ਹੀ ਮਹਾਨ ਸ਼ਖਸੀਅਤਾਂ ਦੇ ਜਨਮ ਦਿਨ ਮਨਾਉਂਦੇ ਰਹੋਗੇ ਸੋ ਤੁਹਾਨੂੰ ਪਤਾ ਹੈ ਕਿ ਸਾਡਾ ਜਿਹੜਾ ਭਾਰਤ ਹੈ ਇਹਦੇ ਵਿੱਚ ਵਿਦਵਾਨਾਂ ਦੀ ਗਿਣਤੀ ਵੀ ਬਹੁਤ ਹੈ ਅਤੇ ਸਾਡੇ ਤਿੱਥ ਤਿਉਹਾਰ ਹਰ ਮਹੀਨੇ ਆਉਂਦੇ ਵੋਟਾਂ ਸਾਡੇ ਕੋਲੋਂ ਲੈ ਕੇ ਦਿੱਲੀ ਦੇ ਤਖ਼ਤ ਬਹਿ ਕੇ ਵੋਟਾਂ ਸਾਡੇ ਕੋਲੋਂ ਲੈ ਕੇ ਦਿੱਲੀ ਦੇ ਤਖ਼ਤ ਬਹਿ ਕੇ ਭਾਈਓ ਔਰ ਬਹਿਨੋ ਕਹਿ ਕੇ ਕੀ ਬੋਲੀ ਜਾਂਦਾ ਏ ਕੋਈ ਅੱਛੇ ਦਿਨਾਂ ਵਾਲਾ ਅੱਛੇ ਦਿਨਾਂ ਵਾਲੇ ਪੱਤੇ ਖੋਲੀ ਜਾਂਦਾ ਏ ਕੋਈ ਅੱਛੇ ਦਿਨਾਂ ਵਾਲੇ ਪੱਤੇ ਖੋਲੀ ਜਾਂਦਾ ਏ ਫਿਰ ਇਹ ਜੈਕਟ ਜੀ ਪਾਈ ਲੱਗੀ ਹੋ ਗਿਆ ਛਦਾਈ ਫਿਰ ਇਹ ਜੈਕਟ ਜੀ ਪਾਈ ਲੱਗੀ ਹੋ ਗਿਆ ਛਦਾਈ ਭਾਵੇਂ ਦਾੜੀ ਨਹੀਂ ਵਧਾਈ ਫਿਰ ਇਹ ਜੈਕਟ ਜੀ ਪਾਈ ਲੱਗੀ ਹੋ ਗਿਆ ਛਦਾਈ ਉਹ ਫੁੱਲਾਂ ਵਾਲਾ ਭਾਈ ਫੁੱਟ ਤੋਲੀ ਜਾਂਦਾ ਏ ਕੋਈ ਅੱਛੇ ਦਿਨਾਂ ਵਾਲੇ ਪੱਤੇ ਖੋਲੀ ਜਾਂਦਾ ਏ ਕੌਣ ਅੱਛੇ ਦਿਨਾਂ ਵਾਲੇ ਪੱਤੇ ਖੋਲੀ ਜਾਂਦਾ ਏ ਲੈ ਲਓ ਫੁੱਲਾਂ ਵਾਲਾ ਭਾਈ ਫੁੱਲ ਤੋਲੀ ਜਾਂਦਾ ਏ ਦਿੱਲੀ ਭਾਵੇਂ ਦੂਰ ਰੱਖੇ ਬਹੁਤਾ ਮਗਰੂਰ ਓਏ ਦਿੱਲੀ ਭਾਵੇਂ ਦੂਰ ਰੱਖੇ ਬਹੁਤਾ ਮਗਰੂਰ ਪਰ ਚੁੱਕੂਗੀ ਜ਼ਰੂਰ ਅਸੀਂ ਅੜੇ ਰਹੇ ਤਾਂ ਮੁੱਲ ਧਰਨੇ ਦਾ ਪੈਜੂ ਕਿਲਾ ਜ਼ੁਲਮ ਦਾ ਢਹਿਜੂ ਓਏ ਅੰਨਦਾਤਾ ਚਾਹੁੰਦਾ ਰਹਿ ਜੂ ਅਸੀਂ ਖੜੇ ਰਹੇ ਤਾਂ ਅੰਨਦਾਤਾ ਚਾਹੁੰਦਾ ਰਹਿ ਜੂ ਅਸੀਂ ਅੜੇ ਰਹੇ ਤਾਂ ਅੰਨਦਾਤਾ ਚਾਹੁੰਦਾ ਰਹਿ ਜੂ ਧੰਨਵਾਦ ਮੈਂ ਅੱਜ ਤੁਹਾਡੇ ਸਾਹਮਣੇ ਧਾਰਮਿਕ ਸ਼ੇਰ ਪੇਸ਼ ਕਰਨ ਵਾਜਾਂ ਵਾਲਿਆ ਤੇਰੇ ਹੌਸਲੇ ਸੀ ਅੱਖਾਂ ਸਾਹਮਣੇ ਪੁੱਤ ਸ਼ਹੀਦ ਕਰਵਾ ਦਿੱਤੇ ਲੋਕੀ ਲੱਭਦੇ ਨੇ ਲਾਲ ਪੱਥਰਾਂ 'ਚ ਤੇ ਤੂੰ ਪੱਥਰਾਂ 'ਚ ਲਾਲ ਚਿਣਵਾ ਦਿੱਤੇ ਬਲਦੀ ਅੱਗ ਨੇ ਪੁੱਛਿਆ ਤੱਤੀ ਤਵੀ ਕੁਰਬਾਨੀ ਦਸਵੇਂ ਪਿਤਾ ਦੀ ਪਈ ਯਾਦ ਆਵੇ ਇੱਜ਼ਤ ਦੇਸ਼ ਦੀ ਰੱਖ ਦਿਖਾਈ ਉਹਨਾਂ ਚਾਰ ਪੁੱਤਰ ਵਾਰੇ ਉਹਨਾਂ ਨੇ ਦੇਸ਼ ਉੱਤੋਂ ਨਾਲੇ ਵਾਰਿਆ ਪਿਤਾ ਤੇ ਮਾਈ ਉਹਨਾਂ ਦਿੱਤੇ ਦੋ ਜਾ ਕੇ ਸਰਹੰਦ ਅੰਦਰ ਕੀਤੀ ਦੋ ਦੀ ਚਮਕੌਰ ਕੜਮਾਈ ਉਹਨਾਂ ਪਿਤਾ ਚਾਂਦਨੀ ਚੌਕ ਵਿੱਚ ਵਾਰ ਦਿੱਤਾ ਮਾਤਾ ਮੁਰਜ ਵਿੱਚ ਕੈਦ ਕਰਾਉਣੇ ਫੁੱਲ ਬਾਲਾ ਵਿਚਕਾਰ ਤੇਰਾ ਜੀਵੇ ਰਾਜਕੁਮਾਰ ਦੁੱਧ ਪਿਆ ਕੜਦਾ ਵਿੱਚ ਕੜਾਹੀ ਤੇਰਾ ਪੁੱਤ ਬਣੇ ਸਿਪਾਹੀ ਲੋਹੜੀ ਜਿਹੜਾ ਹੈਗਾ ਇਹ ਉੱਤਰ ਭਾਰਤ ਦਾ ਇੱਕ ਪ੍ਰਸਿੱਧ ਤਿਉਹਾਰ ਹੈਗਾ ਆ ਇਸ ਨੂੰ ਖਾਸ ਕਰਕੇ ਪੰਜਾਬ ਹਿਮਾਚਲ ਪ੍ਰਦੇਸ਼ ਹਰਿਆਣਾ ਤੇ ਦਿੱਲੀ ਦੇ ਵਿੱਚ ਬੜੀ ਧੂਮਧਾਮ ਦੇ ਨਾਲ ਮਨਾਇਆ ਜਾਂਦਾ ਲੋਕ ਬੜੀ ਖੁਸ਼ੀ ਖੁਸ਼ੀ ਆਪਣੇ ਘਰਾਂ ਦੇ ਵਿੱਚ ਲੋਹੜੀ ਬਾਲਦੇ ਹੁੱਕਾ ਵੀ ਹੁੱਕਾ ਇਹ ਕਰ ਹੁੱਕਾ ਠੀਕ ਹੈ ਫਿਰ ਜਵਾਕ ਗਾਉਣ ਲੱਗ ਜਾਂਦੇ ਆ ਤੇ ਜਿਸ ਤਰ੍ਹਾਂ ਪੱਟੀ ਦਾ ਜਨਮ ਇੱਕ ਪੰਜਾਬੀ ਪਰਿਵਾਰ ਵਿੱਚ ਮਾਂ ਲੋਧੀ ਤੇ ਪਿਤਾ ਫਰੀਦ ਖਾਨ ਦੇ ਘਰ ਹੋਇਆ ਦੁੱਲਾ ਪੱਟੀ ਨੂੰ ਅਬਦੁੱਲਾ ਪੱਟੀ ਵੀ ਕਿਹਾ ਜਾਂਦਾ ਹੈ ਦੁੱਲੇ ਦੇ ਪਿਤਾ ਅਤੇ ਦਾਦਾ ਲਾਹੌਰ ਵਿੱਚ ਮੁਸਲਿਮ ਰਾਜਪੂਤ ਜ਼ਿਮੀਂਦਾਰ ਸਨ ਜਿਨ੍ਹਾਂ ਨੇ ਸਮਰਾਟ ਅਕਬਰ ਦੇ ਅਧੀਨ ਮੁਗਲ ਸਾਮਰਾਜ ਦੁਆਰਾ ਲਈ ਟੈਕਸ ਪ੍ਰਣਾਲੀ ਦਾ ਵਿਰੋਧ ਕੀਤਾ ਅੱਜ ਨੂੰ ਬੜੀ ਖੁਸ਼ੀ ਦੀ ਗੱਲ ਹੈ ਕਿ ਅਸੀਂ ਇੱਕ ਸਾਲ ਬਾਅਦ ਫੰਕਸ਼ਨ ਕੇ ਕਰ ਰਹੇ ਹਾਂ ਪਹਿਲਾਂ ਲਾਸਟ ਟਾਈਮ ਅਸੀਂ ਲੋਹੜੀ ਦਾ ਫੰਕਸ਼ਨ ਕੀਤਾ ਸੀ ਹੁਣ ਅਸੀਂ ਉਸ ਤੋਂ ਬਾਅਦ ਪੂਰੇ ਇੱਕ ਸਾਲ ਬਾਅਦ ਅਸੀਂ ਲੋਹੜੀ ਦਾ ਫੰਕਸ਼ਨ ਮਨਾ ਰਹੇ ਹਾਂ ਚਲੋ ਮੈਂ ਖਾਣਾ ਬੋਲਣ ਦੀ ਕੋਸ਼ਿਸ਼ ਕਰਾਂਗਾ ਤੁਸੀਂ ਪੂਰੀਆਂ ਕਰਨੀਆਂ ਉਹਨਾਂ ਖਾਣਾ ਨੂੰ ਜਿੱਦਾਂ ਪਲੱਸ ਟੂ ਪਲੱਸ ਵਨ ਵਾਲਿਆਂ ਨੂੰ ਸਿਲੇਬਸ ਹੁੰਦਾ ਵੈਸੇ ਕਿ ਤੁਸੀਂ ਆ ਖਾਣਾ ਪੂਰੀਆਂ ਕਰਨੀਆਂ ਇੱਕ ਮੁੱਠੀ ਚੁੱਕ ਲੈ ਦੂਜੀ ਪਿਆ ਪਾਣੀ 'ਚ ਡੈਸ਼ ਮਾਰਿਆ ਪਾਣੀ ਦੋ ਦੋ ਨਹੀਂ ਹੁੰਦੇ ਪੱਥਰ ਕੌਣ ਕੌਣ ਮਾਰਦੇ ਪੱਥਰ ਹਾਂਜੀ ਸੀ ਡੈਟ ਦੀ ਮਤਲਬ ਜਦੋਂ ਪੇਪਰ ਦੇਖਦੇ ਆ ਉਹਦੇ 'ਚ ਵੀ ਇੱਦਾਂ ਆ ਜਾਂਦਾ ਕਿ ਉੱਥੇ ਰੋਟੀ ਮਾਰਨੀ ਹੈ ਪੱਥਰ ਮਾਰਨਾ ਕਿ ਰੋਟਾਂ ਮਾਰਨਾ ਤੇ ਫਿਰ ਪੱਥਰ ਵਾਲੇ ਪੱਥਰ ਲਾ ਦਿੰਦੇ ਨੇ ਚਲੋ ਕੋਈ ਗੱਲ ਸੋ ਪਲੀਜ਼ ਅਗੇਨ ਵਨ ਬਿਗ ਰਾਊਂਡ ਆਫ ਅਪਲੌਜ ਫੋਰ ਆਲ ਦਾ ਸਟੂਡੈਂਟਸ ਜਿਸ ਤਰ੍ਹਾਂ ਬੱਚਿਆਂ ਨੇ ਵੀ ਕਿਹਾ ਇੱਥੇ ਆਏ ਟੀਚਰਸ ਨੇ ਵੀ ਕਿਹਾ
ਇਹ ਕਾਲਜ, ਇਹ ਸੰਸਥਾਵਾਂ, ਇਹ ਸਕੂਲ, ਇਹ ਇਮਾਰਤਾਂ ਤਾਂ ਹੀ ਜਿਉਂਦੀਆਂ ਨੇ, ਤਾਂ ਹੀ ਜਾਗਦੀਆਂ ਨੇ ਜਦੋਂ ਇੱਥੇ ਬੱਚੇ ਅਤੇ ਅਧਿਆਪਕ ਆਪਸ ਦੇ ਵਿੱਚ ਕੁਛ ਨਾ ਕੁਛ ਸੰਵਾਦ ਕਰਦੇ ਨੇ, ਕੁਛ ਡਿਸਕਸ ਕਰਦੇ ਨੇ, ਉਸ ਰਚਨਾਤਮਕ ਪ੍ਰਵਿਰਤੀਆਂ ਨੂੰ ਅੱਗੇ ਵਧਾਉਂਦੇ ਨੇ। ਸੋ ਅਸੀਂ ਆਸ ਕਰਦੇ ਹਾਂ ਕਿ ਜੋ ਇੱਕ ਲੰਬਾ ਸਮਾਂ ਪੂਰਾ ਤਕਰੀਬਨ ਇੱਕ ਸਾਲ ਸਾਡਾ ਕਰੋਨਾ ਪੈਂਡੈਮਿਕ ਦੇ ਵਿੱਚ ਖਰਾਬ ਹੋਇਆ, ਜੋ ਲੋਸ ਹੋਇਆ ਸਾਡੇ ਸੰਵਾਦ ਦਾ, ਸਾਡੀਆਂ ਡਿਸਕਸ਼ਨਸ ਦਾ, ਸਾਡੀ ਗੱਲਬਾਤ ਦਾ, ਅਸੀਂ ਉਹਨੂੰ ਆਉਣ ਵਾਲੇ ਸਮੇਂ 'ਚ ਭਰਪਾਈ ਕਰਨ ਦੀ ਕੋਸ਼ਿਸ਼ ਕਰਾਂਗੇ।